ਕਹਿੰਦਾ ਤਾਨੋ ਜਿਹੜੇ ਹਲੀਮ ਹਨ ਕਿਉਂ ਜੋ ਧਰਤੀ ਦੇ ਵਾਰਿਸ ਹੋਣਗੇ ਜਿਹੜੇ ਹਲੀਮ ਚ ਰਹਿਣਗੇ ਉਹਦੀ ਅਧੀਨ ਵਿੱਚ ਰਹਿਣਗੇ ਉਹ ਕੀ ਹੋਣਗੇ ਫਿਰ ਧਰਤੀ ਦੇ ਵਾਰਿਸ ਹੋਣਗੇ ਕਹਿੰਦਾ ਤਾਨੋ ਜਿਹੜੇ ਧਰਮ ਦੇ ਭੁੱਖੇ ਅਤੇ ਧਿਆਏ ਹਨ ਕਿਉਂ ਜੋ ਉਹ ਰਜਾਏ ਜਾਣਗੇ ਕੀ ਕੀਤੇ ਜਾਣਗੇ ਰਜਾਏ ਜਾਣਗੇ ਆਪਾਂ ਭੁੱਖੇ ਹਾਂ ਨਾ ਆਪਾਂ ਪਵਿੱਤਰ ਆਤਮਾ ਦੇ ਆਪਾਂ ਪ੍ਰਭੂ ਦੇ ਬਚਨਾਂ ਦੇ ਭੁੱਖੇ ਹਾਂ ਆਪਾਂ ਹੀ ਕਿਤੇ ਰਜਾਏ ਗਏ ਹਾਲੇਲੂਇਆ ਕਹਿੰਦਾ ਤੁਹਾਨੂੰ ਜਿਹੜੇ ਦਿਆਵਾਨ ਹਨ ਕਿਉਂ ਜੋ ਉਹਨਾਂ ਉੱਤੇ ਦਇਆ ਕੀਤੀ ਜਾਵੇਗੀ ਜਿਹੜੇ ਦਿਆਵਾਨ ਹਨ ਜਿਹੜੇ ਕਿਸੇ 'ਤੇ ਵੀ ਦਇਆ ਕਰਦੇ ਉਹਨਾਂ 'ਤੇ ਕੀਤਾ ਜਾਊਗਾ ਦਇਆ ਕੀਤੀ ਜਾਊਗੀ ਕਹਿੰਦਾ ਤੁਹਾਨੂੰ ਜਿਹੜੇ ਸ਼ੁੱਧਮਾਨ ਹਨ ਕਿਉਂ ਜੋ ਉਹ ਪਰਮੇਸ਼ੁਰ ਨੂੰ ਵੇਖਣਗੇ ਹਾਲੇਲੂਇਆ ਪਰਮੇਸ਼ੁਰ ਨੂੰ ਕੌਣ ਵੇਖੂਗਾ ਸ਼ੁੱਧਮਾਨ ਵਾਲਾ ਹਾਲੇਲੂਇਆ ਉਹ ਤਾਂ ਆਪਣੇ ਨਾਲ ਹੀ ਰਹਿੰਦਾ ਉਹ ਤਾਂ ਆਪਣੇ ਕੋਲ ਹੀ ਆ ਪਰ ਵੇਖਣ ਵਾਲੀ ਆਪਾਂ ਨੂੰ ਅੰਦਰੋਂ ਮਾਨਸਪਤ ਹੋਣਾ ਚਾਹੀਦਾ ਹਾਲੇਲੂਇਆ ਉਹ ਕਹਿੰਦਾ ਪਰਮੇਸ਼ੁਰ ਨੂੰ ਵੇਖਣਗੇ ਕਹਿੰਦਾ ਤੁਹਾਨੂੰ ਜਿਹੜੇ ਮੇਲ ਕਰਾਉਣ ਵਾਲੇ ਹਨ ਕਿਉਂ ਜੋ ਪਰਮੇਸ਼ੁਰ ਦੇ ਪੁੱਤਰ ਕਹਾਉਣਗੇ ਮੇਲ ਕਿਹਦੇ ਨਾਲ ਕਰਾਉਣਾ ਆਪਾਂ ਜਿਹੜੇ ਪਰਮੇਸ਼ੁਰ ਦੇ ਨਾਲ ਮੇਲ ਕਰਾਉਂਦੇ ਜਿਹੜੇ ਦੁਖੀਆਂ ਨੂੰ ਜਾ ਕੇ ਦੱਸਦੇ ਸਾਡੀ ਜ਼ਿੰਦਗੀ 'ਚ ਆਹ ਕੰਮ ਹੋਏ ਤੁਹਾਡੀ ਜ਼ਿੰਦਗੀ 'ਚ ਵੀ ਹੋਣਗੇ ਉਹ ਫਿਰ ਕਿਹਦੇ ਨਾਲ ਮੇਲ ਕਰਾਉਂਦੇ ਹੈ ਪਰਮੇਸ਼ੁਰ ਨਾਲ ਮੇਲ ਕਰਾਉਂਦੇ ਉਹ ਫਿਰ ਕੀ ਹੋਊਗਾ ਅਤੇ ਪਰਮੇਸ਼ੁਰ ਦੇ ਪੁੱਤਰ ਕਹਾਉਣਗੇ ਕਹਿੰਦਾ ਤੁਹਾਨੂੰ ਜਿਹੜੇ ਧਰਮ ਦੇ ਕਾਰਨ ਸਤਾਏ ਗਏ ਹਨ ਕਿਉਂ ਜੋ ਸਵਰਗ ਦਾ ਰਾਜ ਉਹਨਾਂ ਦਾ ਹੈ ਹਾਲੇਲੂਇਆ ਧਰਮ ਦੇ ਕਾਰਨ ਜਿਹੜੇ ਸਤਾਏ ਜਾਂਦੇ ਆਪਣੇ ਤਾਂ ਸਤਾਉਣਾ ਹੈ ਤਾਂ ਆਪਾਂ ਪ੍ਰਭੂ ਦੇ ਨੇੜੇ ਜਾ ਨਹੀਂ ਸਕਦੇ ਹਾਲੇਲੂਇਆ ਜਿੰਨਾ ਆਪਣੇ ਸਤਾ ਆਊਗਾ ਜਿੰਨੇ ਆਪਣੇ ਭੈਣ ਭਾਈ ਰੁੱਸਣਗੇ ਜਿੰਨੇ ਆਪਣੇ ਰਿਸ਼ਤੇਦਾਰ ਰੁੱਸਣਗੇ ਜਿੰਨੇ ਆਪਾਂ ਲੋਕ ਬੋਲੀਆਂ ਮਾਰਨਗੇ ਓਨਾ ਹੀ ਆਪਾਂ ਪ੍ਰਭੂ ਦੇ ਨੇੜੇ ਜਾਵਾਂਗੇ ਹਾਲੇਲੂਇਆ ਫਿਰ ਆਪਣਾ ਕੀ ਬਣੂਗਾ ਸਵਰਗ ਦਾ ਰਾਜ ਓਨਾ ਹੀ ਆਪਣਾ ਬਣੂਗਾ ਹਾਲੇਲੂਇਆ ਕਹਿੰਦਾ ਧੰਨ ਹੋ ਤੁਸੀਂ ਜੋ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ ਹਾਲੇਲੂਇਆ ਕਹਿੰਦਾ ਧੰਨ ਹੋ ਤੁਸੀਂ ਕਹਿੰਦਾ ਮੇਰੇ ਲਈ ਕਹਿੰਦਾ ਲੋਕਾਂ ਤੋਂ ਬੋਲੀਆਂ ਖਾ ਕੇ ਵੀ ਮੇਰਾ ਨਾਮ ਲਈ ਜਾਂਦੇ ਹਾਲੇਲੂਇਆ ਡਰਿਆ ਨਾ ਕਰੋ ਜਦੋਂ ਪ੍ਰਭੂ ਬਾਰੇ ਕੁਛ ਕਹਿੰਦਾ ਡਰਿਆ ਨਾ ਕਰੋ ਕਿਸੇ ਤੋਂ ਵੀ ਜੇ ਡਰ ਗਏ ਤਾਂ ਮਰ ਗਏ ਪ੍ਰਭੂ ਦੇ ਨੇੜੇ ਰਿਹਾ ਕਰੋ ਪ੍ਰਭੂ ਆਪਣਾ ਪਰਮੇਸ਼ੁਰ ਉਹ ਆਪਣਾ ਹਰ ਇੱਕ ਚੀਜ਼ ਤੋਂ ਬਚਾਉਣ ਦੀ ਸਮਰੱਥ ਰੱਖਦਾ ਹਾਲੇਲੂਇਆ ਜੇ ਆਪਾਂ ਸਵਰਗ ਦਾ ਰਾਜ ਪਾਉਣਾ ਫਿਰ ਆਪਾਂ ਨੂੰ ਸਾਰਿਆਂ ਨੂੰ ਇੱਕ ਪਾਸੇ ਸਾਈਡ 'ਤੇ ਕਰ ਦੇਣਾ ਹਾਲੇਲੂਇਆ ਆਪਾਂ ਉਹਨਾਂ ਵਾਲੇ ਕੰਮ ਨਹੀਂ ਕਰਨੇ ਉਹਨਾਂ ਨੇ ਆਪਣੇ ਵਾਲੇ ਕੰਮ ਨਹੀਂ ਕਰਨੇ ਇਹ ਲਈ ਦੁਖੀ ਨਾ ਹੋਇਆ ਕਰੋ ਸਾਡਾ ਆਹ ਰੁੱਸ ਗਿਆ ਸਾਡਾ ਆਹ ਰੁੱਸ ਗਿਆ ਪ੍ਰਭੂ ਨਾ ਆਪਣਾ ਰੁੱਸੇ ਲੋਕ ਰੁੱਸ ਗਏ ਤਾਂ ਮੰਨ ਜਾਣਗੇ ਜੇ ਪ੍ਰਭੂ ਰੁੱਸ ਗਿਆ ਫਿਰ ਉਹਨੇ ਆਪਣੇ ਨਾਲ ਮੰਨਣਾ ਨਹੀਂ ਗਾ ਹਾਲੇਲੂਇਆ ਹਾਲੇਲੂਇਆ ਕਹਿੰਦਾ ਆਨੰਦ ਹੋਵੋ ਅਤੇ ਖੁਸ਼ੀ ਕਰੋ ਕਿਉਂ ਜੋ ਤੁਹਾਡਾ ਫਲ ਸਵਰਗ ਵਿੱਚ ਬਹੁਤ ਹੈ ਇਸ ਲਈ ਜੋ ਉਹਨਾਂ ਨੇ ਤੁਹਾਤੋਂ ਅਗਲੀਆਂ ਨਵੀਆਂ ਨੂੰ ਇਸੇ ਤਰ੍ਹਾਂ ਸਤਾਇਆ ਸੀ ਜਿਹੜੇ ਆਪਣੇ ਨਾਲ ਪਹਿਲਾਂ ਆਏ ਸੀ ਉਹਨਾਂ ਨੂੰ ਵੀ ਇਸੇ ਤਰ੍ਹਾਂ ਸਤਾਏ ਸੀ ਉਹਨਾਂ ਤਾਂ ਬਾਹਲਾ ਸਤਾਇਆ ਸੀ ਉਹਨਾਂ ਦੇ ਆਪਾਂ ਤਾਂ ਜੇਲ੍ਹਾਂ 'ਚ ਨਹੀਂ ਗਏ ਉਹ ਤਾਂ ਜੇਲ੍ਹਾਂ 'ਚ ਵੀ ਜਾ ਚੁੱਕੇ ਸੀ ਹਾਲੇਲੂਇਆ ਪਰ ਉਹ ਖੜ੍ਹੇ ਅਤੇ ਅੜੇ ਰਹੇ ਫਿਰ ਪਰਮੇਸ਼ੁਰ ਉਹਨਾਂ ਦੀ ਸਹਾਇਤਾ ਕਰਦਾ ਹਾਲੇਲੂਇਆ ਬਹੁਤ ਕੁਛ ਸਹਿਣਾ ਪੈਂਦਾ ਯਿਸੂ ਜਾ ਕੇ ਇੰਨਾ ਸੌਖਾ ਰਾਹ ਨਹੀਂ ਯਿਸੂ ਵਾਲਾ ਰਾਹ ਬਹੁਤ ਔਖਾ ਬਹੁਤ ਕੁਛ ਸਹਿਣਾ ਪੈਂਦਾ ਵੈ ਪਰ ਆਪਾਂ ਦਿਲ 'ਤੇ ਨਹੀਂ ਲਾਉਣੀਗੀ ਆਪਣਾ ਪਰਮੇਸ਼ੁਰ ਜਿੰਦਾ ਖਦਾ ਵੈ ਉਹ ਆਪਾਂ ਡੋਲਣ ਨਹੀਂ ਦੇਵੇਗਾ ਕੋਈ ਆਈ ਬੁਰੀ ਗੱਲ ਤਾਂ ਆਪੇ ਦੂਰ ਵੀ ਕਰ ਦਿਓ ਹਾਲੇਲੂਇਆ ਡਰਿਆ ਨਾ ਕਰੋ ਡਟ ਕੇ ਮੁਕਾਬਲਾ ਕਰਿਆ ਕਰੋ ਸ਼ੈਤਾਨ ਦਾ ਹਾਲੇਲੂਇਆ ਕੋਈ ਕੋਰਾਖ ਨਹੀਂ ਬਿਮਾਰੀ ਆ ਗਈ ਤਾਂ ਡਰ ਗਏ ਅਸੀਂ ਡਿੱਗ ਪਏ ਹਾਏ ਹਾਏ ਕਰਨ ਲੱਗ ਗਏ ਡਰਿਆ ਨਾ ਕਰੋ ਹਾਲੇਲੂਇਆ ਕੁਛ ਵੀ ਆ ਜਾਏ ਸ਼ੈਤਾਨ ਵੀ ਆਪਣੇ ਘਰ ਆ ਜਾਣ ਨਹੀਂ ਡਰਨਾ ਉਹਨਾਂ ਤੋਂ ਹਾਲੇਲੂਇਆ ਉਹਨਾਂ ਨੂੰ ਪੈਰਾਂ ਹੇਠਾਂ ਫੜ ਕੇ ਰੋਲਿਆ ਕਰੋ ਹਾਲੇਲੂਇਆ